ਉਹਨੇ ਪਹਿਲਾਂ ਇਹ ਕਿਹਾ ਵੀ ਮੈਂ ਤੁਹਾਡਾ ਵੀਜ਼ਾ ਲਵਾਉਂਗਾ ਪੈਰਿਸ ਦਾ, ਫਰਾਂਸ ਦਾ, ਇੱਕ ਨੰਬਰ 'ਚ, ਕਿ ਪੈਸੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ। ਅਤੇ ਜਦੋਂ ਪਾਸਪੋਰਟ ਲੈ ਲਿਆ ਫਿਰ ਕਹਿੰਦਾ ਵੀ 2 ਲੱਖ ਰੁਪਈਆ ਜਿਹੜਾ ਉਹ ਮੈਨੂੰ ਦੇ ਦਿਉ ਅਤੇ ਫਿਰ ਮੈਂ ਤੁਹਾਨੂੰ ਚਾੜੂੰਗਾ। ਅਸੀਂ 2 ਲੱਖ ਦੇ ਤਾ। ਉਹ ਤੋਂ ਬਾਅਦ ਇਹਨੇ ਭੇਜਿਆ ਡਬਈ, ਡਬਈ ਤੋਂ ਬਾਅਦ ਭੇਜਿਆ ਅਰਮੀਨੀਆ, ਅਰਮੀਨੀਆ ਰਹੇ ਹੋਣੇ 2-2.5 ਮਹੀਨੇ। ਅਤੇ ਉੱਥੋਂ ਬਾਅਦ ਇਹਨੇ ਭੇਜਿਆ ਕਜ਼ਾਕਿਸਤਾਨ। ਜਦੋਂ ਕਜ਼ਾਕਿਸਤਾਨ ਜਾਣ ਲੱਗੇ ਤਾਂ ਕਹਿੰਦਾ 5 ਲੱਖ ਹੋਰ ਦਿਓ, 5 ਲੱਖ ਉਦੋਂ ਦਿੱਤਾ। ਅਤੇ ਮੁੜ ਕੇ ਉਹ ਤੋਂ ਬਾਅਦ ਜਿਹੜਾ ਉੱਥੇ ਕਜ਼ਾਕਿਸਤਾਨ ਰਸ਼ੀਆ ਦੇ ਬਾਰਡਰ 'ਤੇ ਫੜੇ ਗਏ ਆ, ਕਜ਼ਾਕਿਸਤਾਨ ਦੀ ਪੁਲਿਸ ਨੇ ਫੜ ਲਿਆ ਸੀ, ਉਹਨਾਂ ਮੁੜ ਕੇ ਡਿਪੋਰਟ ਕਰਤਾ ਇੰਡੀਆ ਨੂੰ। ਇਹਨੇ ਫਿਰ ਉੱਥੇ ਡਬਈ ਤਾਰ ਲਏ, ਡਬਈ 3 ਕੁ ਦਿਨ ਰਹੇ ਹੋਣੇ ਆ। ਮੁੜ ਕੇ ਉਸ ਤੋਂ ਬਾਅਦ ਅਸੀਂ ਇੱਥੇ ਆ ਗਏ ਅੰਮ੍ਰਿਤਸਰ ਏਅਰਪੋਰਟ 'ਤੇ। ਅਤੇ ਉਸ ਤੋਂ ਬਾਅਦ ਇਹਦੇ ਘਰੇ ਘੁਰੇ ਜਾਂਦੇ ਰਹੇ ਆ ਕਿ ਪੈਸੇ ਦੇ ਦੇ। ਇਹ ਆਉਂਦਾ ਰਿਹਾ ਵੀ ਦੇ ਦਿੰਦਾ ਅੱਜ ਭਲਕ ਇੱਦਾਂ ਕਰਦਾ ਕਰਦਾ। ਅਤੇ ਹੁਣ 10 ਕੁ ਦਿਨਾਂ ਦੀ ਗੱਲ ਆ, 29 ਅਪ੍ਰੈਲ ਨੂੰ ਇਹ ਘਰ ਛੱਡ ਕੇ ਚੱਲ ਗਿਆ, ਜਿੰਦਰੇ ਜੁੰਦਰੇ ਮਾਰੇ ਇਹਨੇ। ਇਸ ਸੰਬੰਧੀ ਹਾਂਜੀ ਦਿੱਤੀ ਆ। ਕੀ ਥਾਣੇ ਦਾ ਕਾਰਵਾਈ ਕੀਤੀ ਕੋਈ ਤੱਕ? ਉਹਨਾਂ ਦੇ ਇਹੋ ਹੀ ਆ ਵੀ ਫੋਨ ਲਾਉਂਦਾ ਤੇ ਫੋਨ ਆਪਦੀ ਘਰ ਦੀ ਨੂੰ ਚੁਕਾ ਦਿੰਦਾ। ਅੱਛਾ ਹਾਂਜੀ। ਕੀ ਮੰਗ ਕਰਦੇ ਸਰਕਾਰ? ਮੰਗ ਇਹੋ ਕਰਦੇ ਵੀ ਇੱਥੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਡੇ ਪੈਸੇ ਮੁੜ ਜਾਣ। ਠੀਕ। ਕੀ ਨਾਮ ਵੀ ਜੀ? ਅਮਰਤਪਾਲ ਸਿੰਘ ਜੀ ਮੇਰਾ। ਕਿਹੜਾ ਪਿੰਡ ਵੀ ਜੀ? ਪਿੰਡ ਨਾਰਲੀ ਹੈ। ਕੀ ਗੱਲ ਹੋਈ ਹੈ? ਗੱਲ ਇਹ ਹੋਈ ਜੀ, ਏਜੰਟ ਨੇ ਪਹਿਲਾਂ ਦੇ ਪੈਸੇ ਲੈ ਲਏ ਸਾਡੇ ਤੋਂ ਸਾਰਿਆਂ ਤੋਂ ਹੀ। ਕੀ ਨਾਮ ਏਜੰਟ ਦਾ? ਏਜੰਟ ਦਾ ਨਾਮ ਗੁਰਮੇਲ ਸਿੰਘ ਉਰਫ ਬਿੱਟੂ ਜੀ, ਪਿੰਡ ਨਾਰਲੀ ਦਾ ਰਹਿਣ ਵਾਲਾ। ਤੇ ਮੁੰਡਾ ਉਹਦਾ ਗੁਰਜੀਤ ਆ, ਉਹ ਬਾਹਰ ਜੇ। ਤੇ ਇਹ ਦੋਵੇਂ ਪਿਓ ਪੁੱਤ ਏਜੰਟ ਹੀ ਸਾਡੇ ਤੇ। ਸਾਨੂੰ ਆਂਦੇ ਵੀ ਤੁਹਾਡਾ ਫਰਾਂਸ ਦਾ ਵੀਜ਼ਾ ਲਵਾ ਦਿੰਨੇ ਆ। ਤੇ ਪਹਿਲਾਂ ਇਹਨਾਂ 3-3 ਲੱਖ ਰੁਪਇਆ ਲੈ ਲਿਆ ਹੈ ਤੇ ਇੱਥੋਂ ਅਰਮੀਨੀਆ ਦਾ ਵੀਜ਼ਾ ਦਵਾਤਾ ਹੈ ਤੇ ਪਹਿਲਾਂ ਡਬਈ ਵਾੜਿਆ ਇਹਨਾਂ ਤੇ ਡਬਈ ਤੋਂ ਅਰਮੀਨੀਆ ਭੇਜਿਆ ਤੇ ਅਰਮੀਨੀਆ ਰੱਖਿਆ ਇਹਨੇ 2.5-3 ਮਹੀਨੇ। ਫਿਰ ਸਾਨੂੰ ਇਹਨਾਂ ਕਜ਼ਾਕਿਸਤਾਨ ਸੁੱਟਤਾ, 10-15 ਦਿਨ ਉੱਥੇ ਰੱਖਿਆ ਤੇ ਉੱਥੋਂ ਡੰਕੀ ਲਵਾਈ ਸਿੱਧੀ ਤੇ ਉਹ ਰਸ਼ੀ ਵਾਲੇ ਬਾਰਡਰ 'ਤੇ ਸਾਨੂੰ ਫੜ ਲਿਆ ਪੁਲਿਸ ਨੇ। ਤੇ ਪੁਲਿਸ ਨੇ ਉੱਥੇ ਸਾਨੂੰ ਰੱਖਿਆ ਵਾਵਾ 5-7 ਦਿਨ ਅੰਦਰ ਤੇ ਫਿਰ ਉਹਨਾਂ ਉੱਥੋਂ ਡਿਪੋਰਟ ਕੀਤਾ ਤੇ ਸਿੱਧਾ ਅਸੀਂ ਇੱਥੇ ਆ ਗਏ ਡਬਈ। ਫਿਰ ਡਬਈ ਇੱਥੋਂ ਫਿਰ ਇਹ ਆਉਂਦਾ ਸੀ ਵੀ ਤੁਹਾਡਾ ਵੀਜ਼ਾ ਲਵਾ ਕੇ ਦੇਣਾ ਅੱਗੋਂ ਦਾ ਤੇ ਇੱਥੋਂ ਕਿਸੇ ਬੰਨੇ ਸੂਤਰ ਨਹੀਂ ਆਇਆ ਤੇ ਫਿਰ ਸਾਨੂੰ ਇੱਥੇ ਇੰਡੀਆ ਭੇਜਤਾ ਵਾਪਸ ਤੇ ਸਾਰੇ ਸਾਡੇ ਜਿਹੜੇ ਪੈਸੇ ਉਹ ਇਹਨੇ ਮਾਰ ਲਏ ਜੀ। ਦਰਖਾਸਤ ਦਿੱਤੀ ਹੈ ਜੀ। ਕੀ ਮੰਗ ਕਰਦੇ ਸਰਕਾਰ? ਮੰਗ ਅਸੀਂ ਇਹੋ ਕਰਦੇ ਹਾਂ ਜੀ, ਇੱਥੇ ਕਾਨੂੰਨੀ ਕਾਰਵਾਈ ਕਰੀ ਜਾਵੇ ਤੇ ਪੈਸੇ ਸਾਡੇ ਮੁੜੇ ਜਾਣ, ਇੰਨਾ ਕੁ ਹੀ ਮੰਗ ਕਰਦੇ ਹਾਂ। ਇਹ ਏਜੰਟ ਹੁਣ ਘਰੇ ਹੈਗਾ ਇਸ ਟਾਈਮ? ਨਹੀਂ ਜੀ, ਇਹ ਘਰੇ ਨਹੀਂ ਹੈਗਾ, 29 ਤਰੀਕ ਦਾ ਫਰਾਰ ਜੀ। ਠੀਕ ਹਾਂਜੀ। ਕੀ ਨਾਮ ਜੀ? ਨਾਮ ਲਵਪ੍ਰੀਤ ਸਿੰਘ, ਪਿੰਡ ਮਿਸ਼ਾ। ਕੀ ਗੱਲ ਹੋਈ ਆ? ਤੁਸੀਂ ਕਹਿੰਦੇ ਠੱਗੀ ਹੋਈ ਸਾਡੇ ਨਾਲ, ਬਾਹਰ ਨਾ ਭੇਜਣ ਦੇ ਨਾਲ। ਹਾਂਜੀ, 1 ਨੰਬਰ ਚ ਹੈਗੇ, 2 ਨੰਬਰ ਚ ਕੱਲਿਆ ਇਹ, ਇੱਥੋਂ ਅੰਮ੍ਰਿਤਸਰੋਂ ਡਬਈ ਕੱਲਿਆ, ਡਬਈਓਂ ਬਾਅਦ ਚ ਅਲਮਾਟੀ, ਅਲਮਾਟੀਓਂ ਪੋਲ ਉੱਥੇ ਰਸ਼ੀਆ, ਰਸ਼ੀਆ ਤੋਂ ਪੋਲੈਂਡ, ਪੋਲੈਂਡ ਤੋਂ ਬਾਅਦ ਚ ਨਹੀਂ ਫੜੇ ਗਏ ਉੱਥੇ ਲਿਥੀਨੀਆ, ਲਿਥੀਨੀਆ ਵਾਲਿਆਂ ਨੇ ਬਾਅਦ ਚ ਡਬਈ ਇੱਧਰ ਘੱਲਤਾ ਇੰਡੀਆ ਡਿਪੋਰਟ ਕਰਕੇ। ਕੀ ਏਜੰਟ ਦਾ ਨਾਮ? ਕਿੰਨੇ ਪੈਸੇ ਦਿੱਤੇ? 14.5 ਲੱਖ ਦਿੱਤੇ ਸਰ। ਅੱਛਾ, ਪਹਿਲਾਂ ਕਿੰਨੇ ਪੈਸੇ ਲਏ ਸੀ? ਪਹਿਲਾਂ 1.5 ਲੱਖ ਲਿਆ ਸੀ, ਕਦੋਂ ਪਾਸਪੋਰਟ ਦਿੱਤਾ ਸੀ ਤੇ ਬਾਅਦ ਚ ਕਹਿੰਦੇ ਕਦੋਂ ਵੀਜ਼ਾ ਆ ਗਿਆ ਉਦੋਂ ਅਸੀਂ 5 ਲੱਖ ਦਿੱਤਾ ਸੀ ਵੀਜ਼ੇ ਤੋਂ ਬਾਅਦ। ਕਦੋਂ ਤੁਸੀਂ ਉੱਥੇ ਪਹੁੰਚ ਜਾਓਗੇ ਫਿਰ ਤੁਹਾਡੇ ਤੋਂ ਸਾਰੇ ਪੈਸੇ ਲਵਾਂਗੇ। ਪੈਸੇ ਸਾਰੇ ਪਹਿਲਾਂ ਲੈ ਲਏ? ਹਾਂਜੀ, ਸਾਰੇ ਪੈਸੇ ਪਹਿਲਾਂ ਲੈ ਲਏ ਸਰ। ਹੁਣ ਕੀ ਕਹਿੰਦਾ ਉਹ? ਹੁਣ ਸਰ 2-3 ਵਾਰੀ ਗਏ ਤੇ ਚਲ ਗਏ, ਘਰੋਂ ਮਿਲੇ ਨਹੀਂ, ਹੁਣ ਮਿਲਦੇ। ਚਾਰ ਹੋ ਗਏ? ਹਾਂਜੀ। ਤੇ ਕੀ ਮੰਗ ਕਰਦੇ ਸਰ? ਮੰਗ ਇਸ ਕਾਰਨ ਕਰਦੇ ਹਾਂ ਤੇ ਪੈਸੇ ਮੁੜੇ ਜਾਣ। ਠੀਕ। ਕੀ ਨਾਮ ਬਜ਼ੁਰਗ? ਹੀਰਾ ਸਿੰਘ ਜੀ। ਕਿਹੜਾ ਪਿੰਡ ਜੀ? ਨਾਰਲੀ ਜੀ। ਕੀ ਗੱਲ ਹੋਈ ਆ ਬਜ਼ੁਰਗੋ? ਤੁਸੀਂ ਕਹਿੰਦੇ ਸਾਡੇ ਬੱਚਿਆਂ ਨੂੰ ਬਾਹਰ ਭੇਜਣ ਦੇ ਨਾਂ ਤੇ ਏਜੰਟ ਨੇ ਠੱਗੀ ਮਾਰੀ, ਕੀ ਮਾਮਲਾ? ਕਿਹੜਾ ਏਜੰਟ ਆ? ਕਿਹੜੇ ਪਿੰਡ ਦਾ? ਨਾਰਲੀ ਦਾ ਜੀ। ਕੀ ਗੱਲ ਹੋਈ? ਕਹਿੰਦਾ ਸੀ ਵੀ ਆਪਣਾ ਮੁੰਡਾ ਬਾਹਰ ਭੇਜ ਦਿਓ ਤੇ ਸਾਡੇ ਤੋਂ 13 ਲੱਖ ਰੁਪਇਆ ਲਿਆ ਜੀ ਇਹਨੇ ਤੇ ਮੈਂ ਆਪਦੀ ਪੜੀ ਵੇਚੀ ਆ ਤੇ ਟਰੈਕਟਰ ਵੀ ਵੇਚਿਆ, ਅਸੀਂ ਸਾਰੇ ਪੈਸੇ ਦੇਤੇ ਆ ਤੇ ਮੁੰਡਿਆਂ ਨੂੰ ਇਹਨੇ ਕਿਸੇ ਬੰਨੇ ਨਹੀਂ ਗਾ ਲਾਇਆ, ਸਗੋਂ ਉਲਟੀ ਜਾ ਕੇ ਗਾਜੀਸਤਾਨ ਦੇ ਵਿੱਚ ਪਕੜੇ ਰਹੇ ਆ ਤੇ ਮੁੰਡੇ ਉੱਥੇ ਸਜ਼ਾ ਕੱਟ ਕੇ ਘਰ ਨੂੰ ਆ ਗਏ ਆ। ਸਾਡਾ ਇਹੋ ਹੀ ਅਸੀਂ ਇਨਸਾਫ ਮੰਗਦੇ ਹਾਂ ਕਿ ਸਾਡਾ ਜੋ ਹੱਕ ਆ ਸਾਨੂੰ ਦਿੱਤਾ ਜਾਵੇ। ਇਹ 29 ਤਰੀਕ ਦਾ ਫਰਾਰ ਹੋ ਗਿਆ, ਅਸੀਂ ਇਹੋ ਪ੍ਰਸ਼ਾਸਨ ਤੋਂ ਇਹ ਬੇਨਤੀ ਕਰਦੇ ਹਾਂ ਕਿ ਸਾਡਾ ਹੱਕ ਦਵਾਇਆ ਜਾਵੇ।
ਤੇ ਸਾਡੇ ਨਾਲ ਜੋ ਹੋਈ ਆ ਇਹ ਸਾਡੇ ਨਾਲ ਜੋ ਘਟਨਾ ਵਾਪਰੀ ਆ ਇਹਦੇ ਸਾਡੇ ਨਾਲ ਕੋਈ ਹਮਦਰਦੀ ਕੀਤੀ ਜਾਵੇ। ਕੀ ਨਾਮ ਭਾਊ ਜੀ? ਸੁਖਦੇਵ ਸਿੰਘ ਜੀ। ਕਿਹੜਾ ਪਿੰਡ ਜੀ? ਨਾਰਲੀ ਜੀ। ਕੀ ਗੱਲ ਹੋਈ ਆ ਤੁਹਾਡੇ ਮੁੰਡੇ ਨਾਲ? ਠੱਗੀ ਹੋਈ ਆ ਬਾਹਰ ਭੇਜਣ ਦੇ ਨਾਂ ਤੇ? ਇਹਨਾਂ ਨੇ ਆਪੋ ਵੀ ਦੋ ਨੇ ਕੋਈ ਕੰਪਰੋਮਾਈਜ਼ ਕਰਕੇ ਪਿਓ ਪੁੱਤਾਂ ਹੀ ਤੇ ਲਾਲਚ ਦੇ ਕੇ ਮੁੰਡਿਆਂ ਨੂੰ ਬਾਹਰ ਖੜਿਆ ਜੇ ਪੈਸੇ ਸਾਡੇ ਤੋਂ ਲਏ ਨਾ। ਕਿੰਨੇ ਕਿੰਨੇ ਪੈਸੇ? ਇਹ ਲਿਆ ਤੇ 13-13 ਲੱਖ ਜੀ ਤੇ ਕੋਈ 2-2 ਲੱਖ ਪਹਿਲਾਂ ਲੈ ਗਏ ਜੇ 3-3 ਫੇਰ ਲੈ ਗਏ ਜੇ ਵੀ ਭੱਜੇ ਜੇ ਲਿਆ ਕੇ ਜੇ ਇੱਥੋਂ ਜਦੋਂ ਏਅਰਪੋਰਟ ਤੋਂ ਚੜਾਏ ਜੇ ਅੰਮ੍ਰਿਤਸਰੋਂ ਦੁਬਈ ਸੁੱਟ ਤੇ ਉੱਥੇ ਫੇਰ 2-4 ਲੱਖ ਲੈ ਲਿਆ ਉਦੋਂ ਅਰਮੀਨੀਆਂ ਫੇਰ 2-4 ਲੱਖ ਲਿਆ ਜੇ ਉਦੋਂ ਗਾਂ ਮੁੜ ਕੇ ਜਾ ਕੇ ਤੇ ਮੁੰਡਿਆਂ ਨੂੰ ਇਹਨਾਂ ਕਿਸੇ ਬੰਨੇ ਨਹੀਂ ਜਲਾਇਆ ਜੰਗਲਾਂ ਰਾਹੀਂ ਮੁੰਡੇ ਧੱਕੇ ਥੋੜੇ ਖਾਧੇ ਜੇ ਫੇਰ ਖੀਰੀ ਵਾਪਸ ਆਏ ਨੇ। ਇਹਨੇ ਬੜਾ ਜ਼ਿਆਦਾ ਸਾਡੇ ਨਾਲ ਧੋਖਾ ਕੀਤਾ ਜੇ ਅਸੀਂ ਜ਼ਮੀਨਾਂ ਵੇਚੀਆਂ ਸੰਦ ਵੇਚੇ ਜੇ ਧੱਕੇ ਥੋੜੇ ਖਾਣ ਦੇ ਹਾਂ। ਦਰਖਾਸਤ ਦਿੱਤੀ ਇਹਦੇ ਕੋਲ? ਹਾਂਜੀ ਦਰਖਾਸਤ ਦਿੱਤੀ ਜੇ 6 ਨੂੰ ਆਪਣੀ 6 ਤਰੀਕ ਨੂੰ ਦਿੱਤੀ। ਨਹੀਂ ਜੀ ਉਹ ਫਰਾਰ ਹੋ ਗਿਆ ਜੀ ਇੱਥੋਂ 29 ਤਰੀਕ ਫਰਾਰ ਹੋ ਗਏ ਜਿੰਦਰੇ ਵੱਜੇ। ਹਾਂਜੀ ਜਿੰਦਰ ਕਰਦੇ ਤੁਸੀਂ? ਅਸੀਂ ਮੰਗ ਇਹ ਕਰਦੇ ਜੀ ਵੀ ਉਹ 29 ਤਰੀਕ ਦੇ ਫਰਾਰ ਹੋਏ ਨੇ ਉਹਨੂੰ ਕਾਬੂ ਕੀਤਾ ਜਾਵੇ ਉਹਦੇ ਤੇ ਜੋ ਵੀ ਇਲਜ਼ਾਮ ਜਿੰਨੇ ਵੀ ਉਹਨੇ ਧੋਖੇ ਕੀਤੇ ਜੇ ਉਹ ਸਾਰੇ ਉਹਦੇ ਤੋਂ ਵਾਪਸ ਲੈ ਜਾਣ ਤੇ ਸਾਡਾ ਹੱਕ ਪੂਰਾ ਹੋਵੇ ਤੇ ਸਾਨੂੰ ਇਹੋ ਬੇਨਤੀ ਆ ਕਿ ਸਾਡੀ ਵੀ ਸਾਨੂੰ ਜੋ ਜਿੰਨੇ ਜਾਣੇ ਜੇ 6-7 ਜਾਣੇ ਜੇ ਸਾਰਿਆਂ ਦਾ ਹੱਕ ਪੂਰਾ ਜੇ। ਜੀ ਇਹ ਮੈਟਰ ਹੈ ਵੀ ਕੁਝ 6-7 ਬੱਚਿਆਂ ਦਾ ਵਿਦੇਸ਼ ਭੇਜਣ ਨਾਲ ਤੇ ਕੋਈ ਠੱਗੀ ਦਾ ਇੰਸੀਡੈਂਟ ਸਾਹਮਣੇ ਆਇਆ ਪਰ ਇਹ ਮੈਟਰ 1-1.5 ਸਾਲ ਪੁਰਾਣਾ ਮੈਟਰ ਹੈ ਤੇ ਉਹਦੇ ਵਿੱਚ ਕੁਝ ਬਾਹਰ ਵੀ ਗਏ ਸੀ ਪਰ ਇਹਨਾਂ ਨੂੰ ਘੁਮਾ ਫਰਾ ਕੇ ਵਾਪਸ ਲੈ ਆਏ ਤੇ ਬਾਹਰ ਨਹੀਂ ਜਾ ਸਕੇ। ਇਹਨਾਂ ਦਾ ਕੋਈ 4-5 ਮਹੀਨੇ ਤੋਂ ਪੈਸੇ ਦੀ ਸੈਟਲਮੈਂਟ ਦਾ ਵੀ ਚੱਲਦਾ ਪਿਆ ਹੁਣ ਇਹਨਾਂ ਨੇ ਆ ਕੇ ਸਾਨੂੰ ਦਰਖਾਸਤ ਦਿੱਤੀ ਹੈ ਜਿਹੜੀ ਦਰਖਾਸਤ ਵੀ ਫਾਈਨੈਂਸ਼ੀਅਲ ਫਰਾਡ ਨਾਲ ਸੰਬੰਧਿਤ ਇਸ ਲਈ ਆਪਾਂ ਇਹਨੂੰ SSP ਸਾਹਿਬ ਨੂੰ ਮਾਰ ਕਰਨ ਵਾਸਤੇ ਭੇਜਤੀ ਹੈ ਜੀ। ਉਹਨਾਂ ਤੋਂ ਬਾਅਦ ਇਨਕੁਆਇਰੀ ਪਰਚਾ ਦਰਜ ਕੁਛ ਤੇ ਕਾਰਵਾਈ ਕੀਤੀ ਜਾਊਗੀ। ਸਰ ਜਿਹੜੇ ਪਰਿਵਾਰ ਕਹਿ ਰਹੇ ਵੀ ਮੁਲਜ਼ਮ ਜਿਹੜਾ ਹੈ ਘਰੋਂ ਫਰਾ ਰਿਹਾ ਜੀ ਤੁਸੀਂ ਰੇਡ ਵਗੈਰਾ ਕੀਤੀ ਹੈ? ਜੀ ਅਸੀਂ ਇਹਨੂੰ ਅਸੀਂ ਫਿਲਹਾਲ ਇਸ ਚੀਜ਼ ਤੇ ਸਿਰਫ ਬੁਲਾ ਹੀ ਸਕਦੇ ਹਾਂ ਅਰੈਸਟ ਇਸ ਚੀਜ਼ ਤੇ ਸੰਭਵ ਨਹੀਂ ਹੈ ਕਿਉਂਕਿ ਕੋਈ ਪਰਚਾ ਨਹੀਂ ਦਰਜ ਹੈਗਾ ਅਸੀਂ ਇਹਨੂੰ ਬੁਲਾਇਆ ਗਿਆ ਬਸ ਤੇ ਜਦੋਂ ਆਊਗਾ ਫਿਰ ਅੱਗੇ ਕਰਵਾਈ। ਕਿਉਂਕਿ ਸਰ ਮੀਡੀਆ ਵੀ ਘਰੇ ਗਿਆ ਤੇ ਘਰੇ ਜਿੰਦਰੇ ਵੱਜੇ ਮਿਲੇ ਆ ਤੁਹਾਡੀ ਕੋਈ ਗੱਲਬਾਤ ਹੋਈ ਉਹਨਾਂ ਦੇ ਨਾਲ? ਨਹੀਂ ਜੀ ਕੋਈ ਗੱਲਬਾਤ।